ਬਹੁਤ ਵਧੀਆ ਲੱਗਦਾ ਬਾਈ ਕਿ ਅੱਜ ਤੱਕ ਹੈਗੇ ਆ ਤੇ ਰਵਾਂਗੇ। ਕਹਿੰਦੇ ਸਤਿਕਾਰ ਤੁਹਾਡਾ ਸਾਰੇ ਕਰਦੇ ਕਰਦੇ ਪਰ ਜਿਹੜਾ ਦਿਲਜੀਤ ਕਰਦਾ ਨਾ ਉਹ ਹਮੇਸ਼ਾ ਇੱਥੇ ਫੀਲ ਹੁੰਦਾ ਵੀ ਤਾਂ ਬਾਈ ਤੁਸੀਂ ਫੀਲ ਕਰਦੇ ਹੋ ਬਾਈ ਵੀ ਆਪਾਂ ਨੂੰ ਪਿਆਰ ਕਰਦਾ ਆਪਾਂ ਬਾਈ ਨੂੰ ਕਰਦੇ ਹਾਂ ਬਾਈ ਦੇਸੀ ਰਹਿਣਾ ਜ਼ਿਆਦਾ ਪਸੰਦ ਹੈ। ਨਹੀਂ ਦੇਸੀ ਨਹੀਂ ਫਾਰਮੀ ਬਣ ਕੇ ਰਹਿਣਾ ਮੈਂ ਤਾਂ ਪੂਰਾ ਨਹੀਂ ਬਾਈ ਕਹਿੰਦੇ ਨੇ ਦਿਲ ਤੋਂ ਦੇਸੀ ਉਹ ਬਈ ਇਹ ਕਪੜਾ ਲੱਤੇ ਦਾ ਤਾਂ ਕੀ ਦਿਲ ਤੋਂ ਦੇਸੀ ਰਹਿਣਾ ਜ਼ਿਆਦਾ ਪਸੰਦ ਲੱਗਦਾ ਜੰਮੇ ਦੇਸੀ ਆ ਹੁਣ ਕੀ ਕਰ ਸਕਦੇ ਹੋ ਕਿਸਮਤ ਨੂੰ ਦੁੱਖ ਕੁੜੇ ਬਾਈ ਸਤਿ ਸ੍ਰੀ ਅਕਾਲ ਬੜਾ ਬੜਾ ਸਵਾਗਤ ਤੁਹਾਡਾ ਨਿਊਜ਼ 18 ਸਾਡੇ ਸਾਰਿਆਂ ਦੇ ਫੇਵਰੇਟ ਤੁਹਾਨੂੰ ਪੰਜਾਬ ਵੀਤ ਬਾਈ ਇੰਨਾ ਪਸੰਦ ਕਰਦਾ ਮੈਨੂੰ ਐਂ ਲੱਗਦਾ ਜਿਹਨੂੰ ਯਾਰ ਪੰਜਾਬ ਦੇ ਲੋਕ ਇੰਨਾ ਪਸੰਦ ਕਰਦੇ ਨੇ ਉਹ ਤਾਂ ਸਗੋਂ ਸਕਰੀਨ ਤੇ ਆ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਪਰ ਤੁਸੀਂ ਬੜਾ ਘੱਟ ਆਉਂਦੇ ਹੋ ਕਿਉਂ ਮੈਂ ਵੀਰੇ ਆਊਂਗਾ ਬਸ ਥੋੜ੍ਹੇ ਦਿਨਾਂ ਤੱਕ ਅਜੇ ਤਾਂ ਕੱਪੜੇ ਕੱਪੜੇ ਲੈ ਰਿਹਾ ਫਿਰ ਆ ਗਿਆ ਨਹੀਂ ਬਾਈ ਤੁਹਾਡਾ ਗ੍ਰਾਫ ਦੇਖਿਆ ਜਾਵੇ ਗੋਲ ਬੇਬੇ ਤੁਸੀਂ ਵੀ ਇੱਧਰ ਆਓ ਤੁਹਾਡਾ ਗ੍ਰਾਫ ਦੇਖਿਆ ਜਾਵੇ ਵੀਤ ਬਾਈ ਬਹੁਤ ਵੱਡਾ ਆ ਪਰ ਅਸੀਂ ਚਾਹੁੰਦੇ ਹਾਂ ਤੁਹਾਨੂੰ ਬੜਾ ਪਿਆਰ ਕਰਦੇ ਹਾਂ ਅਸੀਂ ਤੁਸੀਂ ਪਲੀਜ਼ ਸਾਡੇ ਨਾਲ ਰਿਹਾ ਕਰੋ ਵਿਚਰਿਆ ਕਰੋ ਸਾਡੇ ਨਾਲ ਸਾਨੂੰ ਮਿਲਿਆ ਕਰੋ ਨਹੀਂ ਗਾਇਬ ਰਹਿੰਦੇ ਨੇ ਪਰ ਸਾਰਿਆਂ ਦੇ ਦਿਲਾਂ 'ਚ ਨੇ ਪਰ ਚੁੱਪ ਚੁਪੀਤੇ ਕੰਮ ਕਰਦੇ ਨੇ ਆਪਣਾ ਮਜ਼ੇ 'ਚ ਹੁਣ ਇੱਕ ਤਰ੍ਹਾਂ ਕੰਮ ਮੂਰੇ ਆ ਜਾਣਾ ਪਰ ਨਹੀਂ ਮੂਰੇ ਹੀ ਆ ਕੁਛ ਮੈਨੂੰ ਐਂ ਲੱਗਦਾ ਕਿ ਤੁਸੀਂ ਜਿਹੜਾ ਅਲੋਪ ਹੁੰਦੇ ਹੋ ਨਾ ਅਤੇ ਅਲੋਪ ਹੋਣ ਤੋਂ ਬਾਅਦ ਜਿਹੜਾ ਤੁਸੀਂ ਕੰਮ ਕੀਤਾ ਹੁੰਦਾ ਉਹ ਤੁਹਾਡਾ ਸਦਾ ਬਾਹਰ ਜਿਉਂਦਾ ਰਹਿੰਦਾ ਨਾਲੇ ਉਹ ਜਿਉਂਦਾ ਰਹਿਣਾ ਆ ਇਹ ਇਹ ਜਿਹੜੀ ਆਰਟਿਸਟਿਕ ਜਿਹੜੀ ਜਿਹੜੀ ਚੀਜ਼ ਹਿੱਸੇ ਆਉਂਦੀ ਆ ਨਾ ਬੜੀ ਘੱਟ ਆਉਂਦੀ ਆ ਬਾਈ ਤੁਹਾਡੇ ਹਿੱਸੇ ਇਹ ਆ ਮਾਲਕ ਦਾ ਪੂਰਾ ਸ਼ੁਕਰ ਆ ਵੀਰੇ ਅਤੇ ਆਪਾਂ ਥੋੜ੍ਹੇ ਦਿਨਾਂ ਤੱਕ ਵਧੀਆ ਚੀਜ਼ਾਂ ਲੈ ਕੇ ਆਵਾਂਗੇ ਇਸ ਚੀਜ਼ ਨੂੰ ਬਾਈ ਤੁਹਾਨੂੰ ਚੰਗਾ ਲੱਗਦਾ ਵੀ ਮਤਲਬ ਮੈਂ ਪੁੱਛਣਾ ਚਾਹੁੰਦਾ ਵੀਤ ਬਾਈ ਕੀ ਫੀਲ ਕਰਦਾ ਜਦੋਂ ਉਹ ਬੇਸ਼ੱਕ ਕੰਮ ਨਾ ਕਰ ਰਹੇ ਹੋਣ ਪਰ ਉਹਨਾਂ ਦੇ ਗਾਣੇ ਰੀਲਾਂ 'ਤੇ ਹਰ ਪਾਸੇ ਚੱਲਦੇ ਹੋਣ ਲੋਕ ਇੰਨਾ ਪਸੰਦ ਕਰਦੇ ਹੋਣ ਇੰਡਸਟਰੀ 'ਚੋਂ ਇੰਨਾ ਪਿਆਰ ਮਿਲਦਾ ਹੋਵੇ ਵੀਤ ਬਾਈ ਇਹ ਜਿਹੜੀ ਮੁਹੱਬਤ ਇਹ ਜਿਹੜਾ ਹੈਗਾ ਆ ਤੁਹਾਡੇ ਕੰਮ ਨੂੰ ਲੈ ਕੇ ਤੁਹਾਡੇ ਵਰਤਾਵ ਨੂੰ ਲੈ ਕੇ ਨੇਚਰ ਨੂੰ ਲੈ ਕੇ ਵੀਤ ਬਾਈ ਕਿੰਨਾ ਕੁ ਅੱਛਾ ਕਿੰਨਾ ਕੁ ਬਲੈਸਡ ਫੀਲ ਕਰਦਾ ਹੈ ਇਹ ਜ਼ਿੰਦਗੀ ਬਹੁਤ ਵਧੀਆ ਲੱਗਦਾ ਬਾਈ ਕਿ ਅੱਜ ਤੱਕ ਹੈਗੇ ਆ ਅਤੇ ਰਵਾਂਗੇ ਅਤੇ ਕਹਿੰਦੇ ਸਤਿਕਾਰ ਤੁਹਾਡਾ ਸਾਰੇ ਕਰਦੇ ਕਰਦੇ ਪਰ ਜਿਹੜਾ ਦਿਲਜੀਤ ਕਰਦਾ ਨਾ ਉਹ ਹਮੇਸ਼ਾ ਇੱਥੇ ਫੀਲ ਹੁੰਦਾ ਵੀ ਤਾਂ ਬਾਈ ਤੁਸੀਂ ਫੀਲ ਕਰਦੇ ਹੋ ਬਾਈ ਵੀ ਆਪਾਂ ਨੂੰ ਪਿਆਰ ਕਰਦਾ ਆਪਾਂ ਬਾਈ ਨੂੰ ਕਰਦੇ ਹਾਂ ਮੈਂ ਦੇਖਣਾ ਚਾਹੁੰਦਾ ਮੈਂ ਕਿਹਾ ਬਾਈ ਦੀ ਟੋਰ ਦੇਖੋ ਮਾੜਾ ਲਾਓ ਮਾੜਾ ਅਸੀਂ ਨਹੀਂ ਨਹੀਂ ਬਾਈ ਇਹ ਤੁਸੀਂ ਗੋਲਡ ਬਾਈ ਨੂੰ ਟੀਚਰ ਕੀਤੇ ਤਾਂ ਵੀ ਤਾਂ ਖੁੱਲਿਆ ਵੀਤ ਬਾਈ ਮੈਂ ਬਾਈ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਇੰਡਸਟਰੀ ਵਿੱਚ ਨਾ ਰਿਸ਼ਤੇ ਘੱਟ ਦੇਖਣ ਨੂੰ ਮਿਲਦੇ ਆ ਤੇ ਜਿਹੜੇ ਚੰਗੇ ਨਿਕਲ ਜਾਂਦਾ ਉਹ ਫਿਰ ਤੁਸੀਂ ਕਿਸਮਤ ਵਾਲੇ ਹੁੰਦੇ ਹੋ ਜੋਧਾ ਸਾਹਿਬ ਦੇਖੋ ਬਾਈ ਬਾਈ ਨੂੰ ਮੈਂ ਕੀ ਕਹਾਂ ਹੁਣ ਬਾਈ ਦੇ ਆਸਰੀ ਆਪਾਂ ਉੱਡੇ ਬੈਠਦੇ ਹਾਂ ਜਿਹੜਾ ਕੰਮ ਹੁੰਦਾ ਬਾਈ ਤੋਂ ਪੁੱਛੀਦਾ ਜੋਧਾ ਸਾਹਿਬ ਤੋਂ ਅਤੇ ਜਿਉਂ ਜੁੜੇ ਨਾ ਬਾਈ ਨਾਲ ਹੀ ਆਪਾਂ ਅਤੇ ਹੁਣ ਫਿਲਮ ਲੈ ਕੇ ਆਵਾਂਗੇ ਬਾਈ ਦੇ ਨਾਲ ਹੀ ਬਾਈ ਦੇਸੀ ਰਹਿਣਾ ਜ਼ਿਆਦਾ ਪਸੰਦ ਹੈ ਨਹੀਂ ਦੇਸੀ ਨਹੀਂ ਫਾਰਮੀ ਬਣ ਕੇ ਰਹਿਣਾ ਮੈਂ ਤਾਂ ਪੂਰਾ ਨਹੀਂ ਬਾਈ ਕਹਿੰਦੇ ਨੇ ਦਿਲ ਤੋਂ ਦੇਸੀ ਉਹ ਇਹ ਕੱਪੜਾ ਲੱਤੇ ਦਾ ਤਾਂ ਕੀ ਦਿਲ ਤੋਂ ਦੇਸੀ ਰਹਿਣਾ ਜ਼ਿਆਦਾ ਪਸੰਦ ਲੱਗਦਾ ਜੰਮੇ ਦੇਸੀ ਆ ਹੁਣ ਕੀ ਕਰ ਸਕਦੇ ਹੋ ਮੈਂ ਬੱਬੂ ਮਾਨ ਬਾਈ ਨੂੰ ਮਿਲਿਆ ਸੀਗਾ ਤਾਂ ਉਹਨਾਂ ਨੂੰ ਦੇਖ ਕੇ ਨਾ ਹਮੇਸ਼ਾ ਓਲਡ ਟੱਚ ਯਾਦ ਹੁੰਦਾ ਪਹਿਰਾਵਾ ਉਹਨਾਂ ਦਾ ਵੀ ਬਦਲਿਆ ਹੁੰਦਾ ਗਲ 'ਚ ਸਕਾਫ ਹੁੰਦਾ ਕਈ ਵਾਰ ਜੈਕਟ ਪਾਈ ਹੁੰਦੀ ਹੈ ਸੋਹਣੀ ਜੀ ਘੈਣ ਜੀ ਤਾਂ ਮਾਨ ਸਾਹਿਬ ਦੀ ਇਹ ਜ਼ਬਾਨ ਸੀਗੀ ਕਹਿੰਦੇ ਯਾਰ ਵੀ ਦੇਖ ਕੇ ਕਹਿੰਦੇ ਮੇਰੇ 'ਚ ਨਾ ਕੋਈ ਹੰਕਾਰ ਨਹੀਂ ਕੋਈ ਆਕੜ ਨਹੀਂ ਕੋਈ ਕਿਸੇ ਚਿੰਨ ਲੈ ਕੇ ਉਹ ਨਹੀਂ ਚਾਹੇ ਚੱਲਾਂ ਭਾਵੇਂ ਨਾ ਚੱਲਾਂ ਲੋਕਾਂ ਦਾ ਪਿਆਰ ਮੈਨੂੰ ਇੰਨਾ ਖਿੱਚ ਲਿਆਉਂਦਾ ਕਿ ਜਿਹੜਾ ਮੈਨੂੰ ਹਿੰਮਤ ਦਿੰਦਾ ਵੀ ਬਈ ਹੋਰ ਕਰੋ ਹੋਰ ਕਰੋ ਹੋਰ ਕਰੋ ਤਾਂ ਵੀਤ ਬਾਈ ਦੀ ਵੀ ਇਹੀ ਖਾਸੀਅਤ ਅਤੇ ਬਾਈ ਬੱਬੂ ਯਾਰ ਵੱਡੀ ਗੱਲ ਆ ਬਈ ਸ਼ਾਹੀ ਕਿਉਂ ਮੈਂ ਦੱਸਣਾ ਨਹੀਂ ਚਾਹੁੰਦਾ ਕੁਛ ਫਿਲਮ ਫੁਲਮ ਕਰ ਰਹੇ ਹੋ ਕਿ ਨਹੀਂ ਕਰ ਰਹੇ ਕਰਾਂਗੇ ਬਸ